ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਆਪਾਂ ਸੰਗੀਤ ਪਰਥਾਏ ਵਾਰਧਿਕ ਰਚਨਾ ਪੜਾਂਗੇ ਜੋ ਕਿ ਸੂਰਜ ਮੰਦਰ ਦੀਆਂ ਪੌੜੀਆਂ ਪਾਠ ਪੁਸਤਕ ਵਿੱਚ ਦਰਜ ਹੈ ਜਿਹਨਾਂ ਨੂੰ ਸ੍ਰੀਜੀਤ ਪਾਤਰ ਜੀ ਨੇ ਲਿਖਿਆ ਹੋਇਆ ਹੈ ਹਾਂਜੀ ਸ਼ੁਰੂ ਕਰਦੇ ਹਾਂ ਆ ਲੇਖ ਲਿਖਦਾ ਹੈ ਮਾਲਵੀ ਦੇ ਮਸ਼ਹੂਰ ਸਰੰਗੀ ਨਵਾਜ਼ ਮੋਦਨ ਸਿੰਘ ਨਗੀਨੇ ਦੀ ਸਰੰਗੀ ਦੀ ਮਹਿਮਾ ਮਹਾਰਾਜੇ ਕੋਲ ਪਹੰਚੀ ਮਹਾਰਾਜੇ ਨੇ ਕਾਸਿਤ ਭੇਜਿਆ ਕਾਸਿਤ ਮੋਹਨ ਸਿੰਘ ਕੋਲ ਆਇਆ ਤੇ ਕਹਿਣ ਲੱਗਾ ਮੋਦਨ ਸਿੰਘ ਮਹਾਰਾਜ ਤੇਰੀ ਸਰੰਗੀ ਸੋਣੀ ਚਾਹੁੰਦੀ ਆ ਮੋਦਨ ਸਿੰਘ ਹੱਸਿਆ ਕਹਿਣ ਲੱਗਾ ਹਲਾ ਮਹਾਰਾਜ ਨੂੰ ਸਰੰਗੀ ਸੋਣੀ ਆਉਂਦੀ ਹੈ ਕਾਂਸਦ ਹੈਰਾਨ ਹੋਇਆ ਕਹਿਣ ਲੱਗਿਆ ਇਹ ਤਾਂ ਸੁਣਿਆ ਸੀ ਭਈ ਕਿਸੇ ਨੂੰ ਸਰੰਗੀ ਵਜਾਉਣੀ ਆਉਂਦੀ ਹੈ ਕਿ ਨਹੀਂ ਇਹ ਗੱਲ ਤਾਂ ਮੈਂ ਪਹਿਲੀ ਵਾਰ ਸੁਣ ਰਿਹਾ ਕਿ ਸਰੰਗੀ ਸੋਣੀ ਹੈ ਕਿ ਨਹੀਂ ਮੋਦਲ ਸਿੰਘ ਕਹਿਣ ਲੱਗਾ ਹਾਂ ਹਜੂਰ ਇਹ ਵੀ ਗੱਲ ਹੈ ਤੂੰ ਪਰ ਤੂੰ ਪਰਤਿਆ ਲਈ ਤੂੰ ਕਿਸੇ ਕੋਨੇ ਵਿੱਚ ਰੇਤ ਵਿਛਾ ਦੀ ਮੈਂ ਸਰੰਗੀ ਤੇ ਸੱਸੀ ਵਜਾਵਾਂਗਾ ਜੇ ਮਹਾਰਾਜ ਨੂੰ ਸਰੰਗੀ ਸੋਨੀ ਆਉਂਦੀ ਹੋਈ ਤਾਂ ਰੇਤਾਂ ਉਹਦੇ ਸੱਸੀ ਦੇ ਨੰਗੇ ਪੈਰਾਂ ਦੀ ਪੈੜ ਦਿਖਾ ਦੇਗਾ ਜੇ ਨਾ ਸੋਨੀ ਆਉਂਦੀ ਤਾਂ ਰੇਤਾਂ ਉਹ ਡੁੱਡ ਉਸ ਦੀਆਂ ਅੱਖਾਂ ਵਿੱਚ ਪਾਉ ਕਹਿੰਦੇ ਜੇ ਸੋਨਾ ਆਉਂਦਾ ਹੋਵੇ ਤਾਂ ਖੰਡ ਬ੍ਰਹਿਮੰਡ ਵੀ ਕਾਉਂਦੇ ਹਨ ਗਾਵਣ ਤੁਦਨੋਂ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਧਾਰੀ ਮਤਲਬ ਇੱਥੇ ਲੇਖਕ ਕਹਿਣਾ ਚਾਹੁੰਦਾ ਹੈ ਵੀ ਜੇ ਅਸੀਂ ਆਪਦੀ ਸੁਰਤੀ ਦੇ ਨਾਲ ਉਸ ਸੰਗੀਤ ਨੂੰ ਮਾਣਦੇ ਹਾਂ ਤਾਂ ਉਹਦੇ ਵਿੱਚੋਂ ਅਸੀਂ ਬਹੁਤ ਚੀਜ਼ਾਂ ਅਨੁਭਵ ਕਰ ਲੈਣੇ ਹਨ ਪਰ ਜੇ ਅਸੀਂ ਉਹਦੇ ਵਿੱਚ ਕੋਈ ਧਿਆਨ ਨਹੀਂ ਲਾਉਂਦੇ ਤਾਂ ਫਿਰ ਉਹਦੀ ਸਾਨੂੰ ਸਮਝ ਨਹੀਂ ਆਉਂਦੀ ਤਾਂ ਉਸ ਤੋਂ ਬਾਅਦ ਲੇਖਕ ਲਿਖਦਾ ਇਹ ਤਾਂ ਆਖਰ ਗੁਰੂ ਵਾਕ ਹੈ ਲੋਕ ਵਾਕ ਵੀ ਇਹੀ ਗਵਾਹੀ ਦਿੰਦਾ ਹੈ ਬਿਰਖਾਂ ਦਾ ਗੀਤ ਸੁਣ ਕੇ ਮੇਰੀ ਰੂਹ ਵਿੱਚ ਚਾਨਣ ਹੋਇਆ ਸੰਗੀਤ ਐਹੋ ਜੀ ਚੀਜ਼ ਹੈ ਜਿਹਨੂੰ ਅਸੀਂ ਸੁਣਦੇ ਆ ਤਾਂ ਸਾਡੀ ਰੂਹ ਦੇ ਵਿੱਚ ਵੱਸ ਜਾਂਦਾ ਹੈ ਤਾਂ ਇਸ ਦੀ ਪਰਖ ਇਸ ਦਾ అనుਭਵ ਉਸ ਦੀ ਗੱਲ ਕਰਦਾ ਲੇਖਕ ਉਹ ਜਿਹੜੇ ਤਾਂ ਸਾਰੇ ਭਗਤ ਕਵੀ ਸੰਗੀਤ ਨਾਲ ਬਹੁਤ ਗਹਿਰੇ ਜੁੜੇ ਹੋਏ ਹਨ ਕਿਸੇ ਦੇ ਹੱਥ ਇਕ ਤਾਰਾ ਸੀ ਕਿਸੇ ਦੇ ਪੈਰੀ ਕੁੰਗਰੂ ਸਨ ਅਨਾਹਤ ਨਾਦ ਸੁਣ ਸਕਦਾ ਉਹ ਸੰਗੀਤ ਜੋ ਬਿਨਾ ਵਜਾਇਆ ਵੱਜਦਾ ਹੈ ਹਰ ਭਗਤ ਦੀ ਉੱਚਤਮ ਮੰਜ਼ਿਲ ਸੀ ਭਗਤ ਨਾਮਦੇਵ ਲਿਖਦੇ ਹਨ ਮੈਂ ਇੱਕ ਅਣ ਮੜਿਆ ਮਿਰਦੰਗ ਵੱਜਦਾ ਸੁਣ ਰਿਆਂ ਹਾਂ ਅਣਮੜਿਆ ਮੰੰਦਲ ਬਾਜੇ ਬਿਨ ਸਾਵਣ ਕਨਹਰ ਗਾਜੇ ਬਾਦਲ ਬਿਨ ਬਰਖਾ ਹੋਈ ਜਿਉਂ ਤਤ ਵਿਚਾਰੇ ਕੋਈ ਪਰ ਨਾਨਕ ਗੁਰ ਦਾ ਸੰਗੀਤ ਨਾਲ ਰਿਸ਼ਤਾ ਬਹੁਤ ਗਹਿਰਾ ਹੈ ਜਨਮ ਸਾਖੀ ਵਿੱਚ ਥਾਂ ਪਰ ਥਾਂ ਇਹ ਵਾਕ ਆਉਂਦਾ ਹੈ ਮਰਦਾਨਿਆ ਰਬਾਬ ਵਜਾ ਮਰਦਾਨਿਆ ਰਬਾਬ ਵਜਾ ਤੇ ਮਰਦਾਨਿਆ ਰਬਾਬ ਵਜਾਇਆ ਗੁਰੂ ਨਾਨਕ ਰਾਗ ਇਹ ਸ਼ਬਦ ਉਠਾਇਆ ਬੇਸ਼ੱਕ ਸਾਰੀ ਦੁਨੀਆ ਹੀ ਸੰਗੀਤ ਨੂੰ ਪਿਆਰ ਕਰਦੀ ਹੈ ਸਾਰੀ ਮਾਨਵਤਾ ਹੀ ਸੁਰਾਂ ਦੇ ਤੇ ਸ਼ਬਦਾਂ ਦੇ ਸੰਗਮ ਤੇ ਮੋਤ ਮੋਹਿਤ ਹੁੰਦੀ ਹੈ ਪਰ ਗੁਰੂ ਗ੍ਰੰਥ ਸਾਹਿਬ ਵਿੱਚ ਸੁਰ ਅਤੇ ਸ਼ਬਦ ਇੱਕ ਸੰਦੀਵੀ ਸੰਜੋਗ ਵਿੱਚ ਜੁੜ ਗਏ ਹਨ ਇਸ ਬਾਣੀ ਦਾ ਹਰੇਕ ਸ਼ਬਦ ਇਸੇ ਰਾਗ ਨੂੰ ਪਰਨਾਇਆ ਹੋਇਆ ਹੈ ਗੁਰਬਾਣੀ ਵਿੱਚ ਸੰਗੀਤ ਸਿਰਫ ਕਲਾ ਨਹੀਂ ਹੈ ਦਰਸ਼ਨ ਹੈ ਇਹ ਰਾਗ ਨਾਨਦ ਸ਼ਬਦ ਉਹ ਅਨਾਹਤ ਸ਼ਬਦ ਨਾਲ ਜੋੜਨ ਲਈ ਹਨ ਜਿਹੜਾ ਸਾਰੀ ਕਾਇਨਾਤ ਵਿੱਚ ਵਿਦਮਾਨ ਹੈ ਤੇ ਜਿਹੜਾ ਸਿਰਫ ਉਹਨਾਂ ਪਾਵਨ ਮੰਨਨ ਨੂੰ ਸੁਣਾਈ ਦਿੰਦਾ ਹੈ ਉਹ ਨਾਦ ਨਾਲ ਇੱਕ ਸੁਰ ਹੁੰਦੀ ਹਨ ਨਾਦ ਹੁੰਦਾ ਹੈ ਗੂੰਜ ਅੰਗੁਰ ਬਾਣੀ ਵਿੱਚ ਮਿਥਾਂ ਦਾ ਖੰਡਨ ਹੈ ਪਰ ਸੰਗੀਤ ਨੂੰ ਬਹੁਤ ਉੱਚੀ ਥਾਂ ਪ੍ਰਾਪਤ ਹੈ ਕਿਉਂਕਿ ਮਿੱਥ ਤਰਕਹੀਣ ਜਾਂ ਤਰਕ ਵਿਰੋਧੀ ਹੋਏ ਬਿਨਾਂ ਤਰਕ ਤੋਂ ਪਾਰ ਨਹੀਂ ਜਾ ਸਕਦੀ ਸੰਗੀਤ ਤਰਕ ਦਾ ਵਿਰੋਧੀ ਕੋਈ ਬਗੈਰ ਤਰਕ ਤੋਂ ਪਾਰ ਜਾ ਸਕਦਾ ਹੈ ਤੇ ਇੱਥੇ ਲੇਖਕ ਸੰਗੀਤ ਦੀ ਗੁਰਬਾਣੀ ਦੇ ਵਿੱਚ ਭਗਤਾਂ ਦੇ ਨਾਲ ਉਹਦੀ ਸਾਂਝ ਦੀ ਗੱਲ ਕਰਦਾ ਵੀ ਸੰਗੀਤ ਕੋਈ ਅੱਜ ਨਹੀਂ ਪੈਦਾ ਹੋਇਆ ਇਸ ਦਾ ਜਿਹੜਾ ਪਿਸ਼ੋਕੜਾ ਬਹੁਤ ਲੰਬਾ ਹੈ ਬਹੁਤ ਡੂੰਘਾ ਹੈ ਤੇ ਜਿੱਦੀ ਗਹਿਰਾਈ ਤੱਕ ਜਾਣ ਲਈ ਕੋਈ ਹੱਦਬੰਦੀ ਨਹੀਂ ਹੈ ਇਸ ਦਾ ਜਿਹੜਾ ਸੰਗੀਤ ਦਾ ਘੇਰਾ ਬਹੁਤ ਵਿਸ਼ਾਲ ਹੈ ਕਿਉਂਕਿ ਗੁਰਬਾਣੀ ਦੇ ਵਿੱਚ ਵੀ ਇਨਾਂ ਚੀਜ਼ਾਂ ਦਾ ਜ਼ਿਕਰ ਹੋਇਆ ਸਾਨੂੰ ਮਿਲਦਾ ਹੈ ਗੁਰੂ ਨਾਨਕ ਬਾਣੀ ਵਿੱਚ ਬ੍ਰਹਮੰਡੀ ਵਿਰਦਗਾਣ ਦਾ ਅਨੂਠਾ ਦ੍ਰਿਸ਼ ਹੈ ਇਸ ਵਿੱਚ ਅਨੇਕਾਂ ਗਾਵਣ ਹਾਰੇ ਤੇ ਵਾਵਣ ਹਾਰੇ ਸ਼ਾਮਲ ਹਨ ਇਸ ਵਿੱਚ ਪੌਣ ਪਾਣੀ ਤੇ ਅਗਨੀ ਵੀ ਘਾਰੇ ਹਨ ਸੋਦਰ ਤੇਰਾ ਕਿਹਾ ਸੋ ਕਰ ਕਿਹਾ ਜਿਤਬੈ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਵਾਵਣ ਹਾਰੇ ਕੀਤੇ ਤੇਰੇ ਰਾਗ ਪਰਿਸੋ ਕਈਨ ਕੀਤੇ ਤੇਰੀ ਕਾਮਨ ਹਾਰੀ ਗਾਵਣ ਤੁਦਨੋਂ ਪਮਨ ਪਾਣੀ ਬਸੰਤਰ ਗਾਵਣ ਗਾਵੇਂ ਰਾਜਾ ਧਰਮ ਤੁਵਾਲੇ ਗਾਵਣ ਤੁਦਨੋਂ ਚਿੱਤ ਗੁਪਤ ਲਿਖ ਜਾਵਣ ਲਿਖ ਲਿਖ ਧਰਮ ਵਿਚਾਰੀ ਗਾਵਣ ਤੁਦਨੋਂ ਇਸਰ ਬ੍ਰਹਮਾ ਦੇਵੀ ਸੂਨ ਤੇਰੀ ਸਦਾ ਸਵਾਰੇ ਗਾਵਣ ਤੁਦਨੋਂ ਇੰਦ ਇੰਦਾਸਨ ਬੈਠੇ ਦੇਵ ਤਿਆਂਦਰ ਨਾਲੇ ਗਾਵਣ ਤੁਦਨੋ ਸਿੱਧ ਸਮਾਦੀ ਅੰਦਰ ਗਾਵਣ ਤੁਦਨੋ ਸਾਧ ਵਿਚਾਰੇ ਗਾਵਣ ਤੁਦਨੋ ਜਤੀ ਸਤੀ ਸੰਤੋਖੀ ਗਾਵਣ ਤੁਦਨੋ ਵੀਰ ਕਰਾਰੇ ਗਾਵਣ ਤੁਦਨੋ ਪੰਡਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਣ ਤੁਦਨੋ ਮੋਹਨੀ ਆਮਣ ਮੋਹਨ ਸੁਰਗ ਮਛ ਪਿਆਲੇ ਗਾਵਣ ਤੁਦਨੋ ਰਤਨ ਉਪਾਈ ਤੇਰੀ 68 ਤੀਰਥ ਨਾਲੇ ਗਾਵਣ ਤੁਦਨੋ ਜੋਦ ਮਹਾਬਲ ਸੂਰਾ ਗਾਵਣ ਤੁਦਨੋ ਖਾਣੀ ਚਾਰੀ ਗਾਵਣ ਤੁਦਨੋ ਖੰਡ ਮੰਡਲ ਵਰਪੰਡਾ ਕਰ ਕਰ ਰੱਖੇ ਤੇਰੀ ਧਾਰੀ ਸੇਈ ਤੁਦਨੋ ਗਾਵਣ ਸੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀ ਕੀਤੇ ਤੁਦਨੋ ਗਾਵਣ ਸੇਖ ਚਿਤਨਾ ਆਵਨ ਨਾਨਕਿਆ ਵਿਚਾਰੀ ਦੇਖੋ ਗੁਰਬਾਣੀ ਦੇ ਵਿੱਚ ਵੀ ਸੰਗੀਤ ਦੀ ਗੱਲ ਹੋਈ ਹੈ ਠੀਕ ਹੈ ਤਾਂ ਇਥੋਂ ਅਸੀਂ ਕਹਿ ਸਕਦੇ ਹਾਂ ਵੀ ਜਿਹੜਾ ਸੰਗੀਤ ਆ ਉਹ ਇੱਕ ਮਨੁੱਖ ਦੇ ਅੰਦਰ ਵਸਦਾ ਹੈ ਤੇ ਉਹਦੀਆਂ ਰੂਹ ਦੇ ਵਿੱਚ ਵਸਦਾ ਹੈ ਉਸ ਤੋਂ ਬਾਅਦ ਲੇਖਕ ਲਿਖਦੇ ਹੈ ਕਹਿੰਦੇ ਸੁਣੋ ਮਸ਼ਹੂਰ ਭੌਤਿਕ ਵਿਗਿਆਨੀ ਆਇਨਸਟਾਈਨ ਵੀ ਕੀ ਕਹਿੰਦਾ ਹੈ ਬੀਥੋਵਨ ਸੰਗੀਤ ਰਚਦਾ ਸੀ ਇਜਾਜ਼ ਕਰਦਾ ਸੀ ਪਰ ਮੋਜ਼ਾਰਟ ਇੰਨਾ ਪਾਵਨ ਸੀ ਕਿ ਉਸ ਦਾ ਸੰਗੀਤ ਸੁਣਦਿਆਂ ਐਵੇਂ ਪ੍ਰਤੀਕ ਹੁੰਦਾ ਸੀ ਇਹ ਸੰਗੀਤ ਬ੍ਰਹਿਮੰਡ ਵਿੱਚ ਸਦਾ ਤੋਂ ਹੈ ਉਡੇਕ ਦਾ ਮੋਜ਼ਾਰਟ ਨੂੰ ਉਹ ਆਵੇ ਤੇ ਮੈਨੂੰ ਲੱਭ ਲਵੇ ਬੀਥੋਵਨ ਦਾ ਸੰਗੀਤ ਇਜਾਦ ਹੈ ਤੇ ਮੋਜ਼ਾਰਟ ਦਾ ਲੱਭਣ ਆਈਨ ਸਟਾਈਨ ਭੌਤਿਕ ਵਿਗਿਆਨੀ ਬਾਰੇ ਵੀ ਇਹੀ ਕਹਿੰਦਾ ਹੈ ਨੀਜਾਂ ਅਤੇ ਸਿਧਾਂਤਾਂ ਤੋਂ ਪਾਰ ਮੰਡਲਾਂ ਦਾ ਸੰਗੀਤ ਸੀ ਇਸ ਕੋਲ ਮੈਨੂੰ ਜੁਗਾ-ਜੁਗਾ ਦੀ ਥਾਪੀ ਹੋਈ ਇੱਕ ਸੁਰਤਾ ਮਿਲੀ ਤੇ ਉਸ ਇੱਕ ਸੁਰਤਾ ਵਿੱਚ ਹੈਰਾਨ ਕਰਨ ਦੇਣ ਵਾਲੀਆਂ ਤਰਬੀਰਾ ਤਰਤੀਬਾਂ ਸੌਰੀ ਉਸ ਤੋਂ ਬਾਅਦ ਲੇਖਕ ਲਿਖਦਾ ਜੋ ਬ੍ਰਹਮੰਡੇ ਸੋਈ ਪਿੰਡੇ ਕਬੀਰ ਜੀ ਆਪਣੀਆਂ ਹੀ ਰਗਾਂ ਦਾ ਰਾਗ ਗਾਉਂਦੇ ਰਾਗ ਸੁੰਦਦੇ ਹਨ ਉਹ ਕਹਿੰਦੇ ਹਨ ਮੇਰਾ ਸਾਰਾ ਵਜੂਦ ਰਬਾਬ ਹੈ ਰਗਾਂ ਤੇਰੀਆਂ ਤਾਰਾਂ ਹਨ ਬਿਰਹਾ ਇਸ ਸਾਜ਼ ਨੂੰ ਵਜਾਉਂਦਾ ਹੈ ਇਸ ਦੀ ਆਵਾਜ਼ ਮੇਰਾ ਸਾਈਂ ਸੁਣਦਾ ਹੈ ਜਾਂ ਮੇਰਾ ਚਿਤ ਕਬੀਰ ਸਭ ਰੰਗ ਤੰਤਰ ਬਾਪ ਤਨ ਬਿਰਹਾ ਵਜਾਈ ਨਿੰਦ ਔਰ ਨਾ ਕੋ ਸੁਣ ਸਕੇ ਜਾਂ ਸਾਈਂ ਦਾ ਚਿਤ ਕਹਿੰਦੀ ਭਗਤਾਂ ਸੂਫੀਆਂ ਦੀਆਂ ਦੇਹੀਆਂ ਸੰਗੀਤਿਕ ਦੇਹੀਆਂ ਹੋ ਜਾਂਦੀਆਂ ਹਨ ਭਗਤ ਤਾਂ ਭਗਤ ਬਾਰੇ ਸ਼ਾਦੀ ਹੀਰ ਵੀ ਦੇਹੀ ਸੰਗੀਤ ਸੰਗੀਤਿਕ ਹੋ ਚੁੱਕੀ ਹੈ ਇਸ਼ਕ ਬੋਲ ਦਾ ਨੱਡੀ ਦੇ ਥਾਉ ਥਾਈ ਰਾਗ ਨਿਕਲੇ ਜੀਲ ਦੀ ਤਾਰ ਵਿੱਚੋਂ ਕਹਿੰਦੇ ਅਸਲ ਵਿੱਚ ਹਰ ਬੰਦਾਈ ਸਾਜ ਹੈ ਖੁਸ਼ੀ ਉਦਾਸੀ ਪਿਆਰ ਨਫ਼ਰਤ ਕਾਮਨਾ ਮੋਹ ਕਰੁਣਾ ਹੰਕਾਰ ਖੋਫ ਚਾ ਸੰਤਾਪ ਤਿਵਸਮਾਦ ਇਹ ਸਾਰੇ ਸਾਜ ਦੀਆਂ ਸੁਰਾਂ ਦੁਨੀਆ ਵਿੱਚ ਕਿਤੇ ਵੀ ਚਲੋ ਉਹ ਕਹਿੰਦੇ ਜਿਹੜਾ ਸੰਗੀਤ ਆ ਨਾ ਉਹ ਦੁਨੀਆ ਦੇ ਹਰ ਬੰਦੇ ਦੇ ਵਿੱਚ ਵਸਦਾ ਹੈ ਚਾਹੇ ਉਹਦੀ ਉਦਾਸੀ ਦੇ ਵਿੱਚ ਹੋਵੇ ਚਾਹੇ ਉਹਦੀ ਖੁਸ਼ੀ ਦੇ ਵਿੱਚ ਹੋਵੇ ਠੀਕ ਹੈ ਉਹਦੇ ਸਾਜ ਦੀਆਂ ਸੁਰਾਂ ਜਿਹੜੀਆਂ ਉਹ ਅਸਲ ਬੰਦੇ ਦੇ ਵਿੱਚ ਨੇ ਇਨਸਾਨ ਦੇ ਵਿੱਚ ਨੇ ਤੇ ਹਰ ਕੌਮ ਦੇਸ਼ ਧਰਮ ਦੇ ਬੰਦੇ ਦੀਆਂ ਇਹੋ ਸੁਰਾਂ ਹੋਣਗੀਆਂ ਕਿਤੇ ਵੀ ਚਲੇ ਜਾਓ ਹਰ ਲੋਕ ਦੇ ਲੋਕਾਂ ਦੇ ਵਿੱਚ ਇਹ ਸੁਰਾਂ ਸਾਨੂੰ ਦੇਖਣ ਨੂੰ ਮਿਲਣਗੀਆਂ ਇਹੀ ਬੰਦੇ ਦੀ ਆ ਜੁਗਾਦੀ ਸਰਗਮ ਇਸੇ ਲਈ ਸੰਗੀਤ ਕਿਸੇ ਵੀ ਕਾਲ ਵਿੱਚ ਕਿਸੇ ਵੀ ਦੇਸ਼ ਵਿੱਚ ਰਚਿਆ ਗਿਆ ਹੋਵੇ ਉਹ ਹਰ ਦੇਸ਼ ਕਾਲ ਦੇ ਮਨੁੱਖ ਨੂੰ ਟੁੰਮਦਾ ਹੈ ਕਿਉਂਕਿ ਉਸ ਦਾ ਜਿਹੜਾ ਸਬੰਧ ਹੁੰਦਾ ਨਾ ਉਹ ਬਾਕੀ ਸਭ ਸਰੋਕਾਰਾਂ ਤੋਂ ਵੱਧ ਮਾਨਵ ਦੀ ਵਿਸ਼ਵਵਿਆਪੀ ਤੇ ਆ ਜੁਗਾਤੀ ਸਰ ਸਰਗਮ ਨਾਲ ਹੁੰਦਾ ਹੈ ਉਸ ਤੋਂ ਬਾਅਦ ਲੇਖਕ ਲਿਖਦਾ ਉਹ ਕਹਿੰਦਾ ਭਾਸ਼ਾ ਅਤੇ ਸੰਗੀਤ ਵੀ ਭਾਸ਼ਾ ਤੇ ਸੰਗੀਤ ਦਾ ਜਿਹੜਾ ਸੋਮਾ ਉਹ ਨਾਦ ਹੈ ਇਹ ਦੋਵੇਂ ਮਾਨਵ ਦੇ ਵਜੂਦ ਦੀ ਥਰਥਾੜ ਤੋਂ ਬਣਿਆ ਪਰਥਰੀ ਨੇ ਕਿਹਾ ਸਾਡਾ ਹਰ ਅਨੁਭਵ ਸਾਡੇ ਵਜੂਦ ਨੂੰ ਥਰਥਾੜ ਦਿੰਦਾ ਹੈ ਸ਼ਬਦ ਬਣਨ ਤੋਂ ਪਹਿਲਾਂ ਹਰ ਸ਼ਬਦ ਇੱਕ ਥਰਥਰਾਟ ਹੁੰਦਾ ਹੈ ਮਤਲਬ ਇੱਥੇ ਲੇਖਕ ਸ਼ਬਦ ਤੇ ਸੰਗੀਤ ਦੇ ਸੰਬੰਧ ਦੀ ਗੱਲ ਕਰਦਾ ਹੈ ਕਹਿੰਦਾ ਸੰਗੀਤ ਵੀ ਬੰਦੇ ਦੇ ਵਜੂਦ ਦੀ ਥਰਥਰਾਟ ਤੋਂ ਪੈਦਾ ਹੁੰਦਾ ਹੈ ਨਿਸ਼ਬੰਦ ਆਵਾਜ਼ ਦੇ ਰੂਪ ਵਿੱਚ ਉਸ ਤੋਂ ਬਾਅਦ ਲੇਖਕ ਲਿਖਦਾ ਹੈ ਭਾਸ਼ਾ ਕੋਲ ਲੱਖ ਕਰੋੜ ਲਫ਼ਜ਼ ਹਨ ਸੰਗੀਤ ਕੋਲ ਬਸ ਗਿਣਤੀ ਦੀਆਂ ਸੁਰਾਂ ਭਾਸ਼ਾ ਭਾਵਾਂ ਦੇ ਨਾਲ-ਨਾਲ ਵਿਚਾਰ ਵਿਸ਼ਲੇਸ਼ਣ ਤੇ ਕਾਰਜ ਵਿੱਚ ਜੁੜ ਜਾਂਦੀ ਹੈ ਸੰਗੀਤ ਸਿਰਫ ਭਾਵਾਂ ਨਾਲ ਜੁੜਿਆ ਜਾਂਦਾ ਹੈ ਇਸ ਲਈ ਸ਼ਬਦ ਅਨੇਕ ਬਣ ਜਾਂਦੇ ਹਨ ਸੁਰਾਂ ਉਨੀਆਂ ਹੀ ਰਹਿੰਦੀਆਂ ਹਨ ਭਾਸ਼ਾ ਨੇ ਆਪਣੇ ਆਪ ਨੂੰ ਅਣਦੇਖੇ ਸੰਸਾਰ ਦੇ ਨਾਲ ਨਾਲ ਸੰਸਾਰ ਵਿੱਚ ਛੋੜ ਲਿਆ ਕੱਲੀ ਕੱਲੀ ਚੀਜ਼ ਦਾ ਨਾਮ ਰੱਖਿਆ ਸਾਡੇ ਦੇਖਦੇ ਦੇਖਦੇ ਬਾਹਰਲਾ ਸੰਸਾਰ ਕਿੰਨਾ ਬਦਲ ਗਿਆ ਕਿੰਨਾ ਕੁਝ ਨਵਾਂ ਆ ਗਿਆ ਪਰ ਅੰਦਰਲੇ ਸੰਸਾਰ ਵਿੱਚ ਉਹੀ ਹੈ ਖੁਸ਼ੀ ਹੈ ਉਦਾਸੀ ਹੈ ਪਿਆਰ ਹੈ ਨਫ਼ਰਤ ਕਾਮ ਹੰਕਾਰ ਖੋਫ ਚਾ ਵਿਸਮਾਦ ਇਸੇ ਲਈ ਭਾਸ਼ਾ ਕੋਲ ਨਿਸ ਦਿਨ ਵਧ ਰਹੇ ਲੱਖ ਕਰੋੜ ਲਫ਼ਜ਼ਾਂ ਪਰ ਸੰਗੀਤ ਕੋਲੇ ਉਹੀ ਗਿਣਤੀ ਦੀਆਂ ਸੁਰਾਂ ਨੇ ਪਰ ਗਿਣਤੀ ਦੀਆਂ ਸੁਰਾਂ ਆਨੰਦ ਤਰ੍ਹਾਂ ਸਿਰਜਦੀਆਂ ਕਹਿੰਦੇ ਵੀ ਸ਼ਬਦ ਆ ਜਿਹੜੇ ਉਹ ਦਿਨੋਂ ਦਿਨ ਵਧਦੇ ਰਹਿੰਦੇ ਆ ਸੰਗੀਤ ਕੋਲੇ ਉਹੀ ਸੁਰਾਂ ਨੇ ਤੇ ਉਹਨਾਂ ਸੁਰਾਂ ਦੇ ਨਾਲ ਹੀ ਉਹ ਸਾਡੇ ਅੰਦਰ ਆਨੰਦ ਪੈਦਾ ਕਰਦਾ ਸ਼ਬਦ ਕਹਿੰਦਾ ਜਿਹੜੇ ਸ਼ਬਦ ਆ ਆਪਣੇ ਜਨਮ ਦੇ ਸੋਮਿਆਂ ਤੋਂ ਦੂਰ ਹੁੰਦੇ ਜਾ ਰਹੇ ਆ ਅਸੀਂ ਭੁੱਲ ਗਏ ਹਾਂ ਕਿ ਸ਼ਬਦ ਹੜਤਾਲ ਹੱਟੀਆਂ ਨੂੰ ਤਾਲੇ ਲੱਗਣ ਤੋਂ ਬਣਿਆ ਹੈ ਪਰ ਸੰਗੀਤ ਆਪਣੇ ਸੋਮਿਆਂ ਨਾਲ ਜੁੜਿਆ ਰਹਿੰਦਾ ਹੈ ਸੰਗੀਤ ਗਾਉਣ ਵੇਲੇ ਸਾਡਾ ਪੂਰਾ ਵਜੂਦ ਉਸ ਵਿੱਚ ਸ਼ਾਮਲ ਹੁੰਦਾ ਹੈ ਗਾਇਨ ਵਿੱਚ ਸਰੀਰ ਪਿਆਰ ਕਰਨ ਵਾਂਗ ਸ਼ਾਮਲ ਹੁੰਦਾ ਹੈ ਸਰੀਰ ਸਾਜ਼ ਬਣ ਜਾਂਦਾ ਹੈ ਸੰਗੀਤ ਗਾਉਣ ਵੇਲੇ ਸਾਡਾ ਪੂਰਾ ਵਜੂਦ ਉਸ ਵਿੱਚ ਸ਼ਾਮਲ ਹੁੰਦਾ ਹੈ ਗਾਇਨ ਵਿੱਚ ਸਰੀਰ ਪਿਆਰ ਕਰਨ ਵਾਂਗ ਸ਼ਾਮਲ ਹੁੰਦਾ ਹੈ ਸਰੀਰ ਸਾਜ਼ ਬਣ ਜਾਂਦਾ ਇੱਕ ਸਾਜ਼ ਆਂਦਰਾਂ ਦਾ ਸਜਿੰਦੇ ਪਾਸ਼ ਸੀ ਗੱਜ ਵਾਂਗ ਉਸ ਦੇ ਵਿੱਚ ਆਪਣਾ ਹੀ ਸੁਆਦ ਸੀ ਉਸ ਤੋਂ ਬਾਅਦ ਗਾਲਿਬ ਐਵੇਂ ਕਹਿੰਦਾ ਹੈ ਪੁਰਨੂ ਸ਼ਿਕਵੇ ਸੇ ਐਸੇ ਰਾਗ ਸੇ ਐਸਾ ਬਾਜਾ ਇੱਕ ਜ਼ਰਾ ਛੇੜੀਏ ਬਸ ਦੇਖੀਏ ਕੀ ਹੁੰਦਾ ਹੈ ਗਾਇਨ ਐਦਿਕ ਹੁੰਦਾ ਹੈ ਪਰ ਬੜਾ ਗੁੱਝਾ ਤੇ ਸੁੱਚਾ ਕਹਿੰਦੇ ਫਿਰ ਲੇਖਕ ਲਿਖਦਾ ਹੈ ਕਹਿੰਦਾ ਮੈਂ ਗਾਉਂਦਾ ਹਾਂ ਗਾਇਨ ਇੱਕ ਕਰ ਦਿੰਦਾ ਹਾਂ ਮਨ ਤਨ ਰੂਹ ਨੂੰ ਤਰਕ ਅਤਰਕ ਨੂੰ ਮਾਨਵ ਕੁਦਰਤ ਨੂੰ ਭਾਸ਼ਾ ਅਭਾਸ਼ਾ ਨੂੰ ਅਰਥਾਂ ਤੋਂ ਬੇਮਹਾਜ ਆਜ਼ਾਦ ਸਿਰਜਦਾ ਹਾਂ ਸੰਸਾਰ ਜੋ ਹੋ ਸਕਦਾ ਹੈ ਭਾਸ਼ਾ ਤੋਂ ਪਾਰ ਜਾਂ ਜੋ ਭਾਸ਼ਾ ਚ ਕਿਹਾ ਲੱਗੇ ਬਹੁਤ ਅਜੀਬ ਜਿਸ ਨੇ ਆਉਣਾ ਹੈ ਅਜੇ ਭਾਸ਼ਾ ਵਿੱਚ ਉਹ ਸੁਲਗ ਰਿਹਾ ਹੈ ਮੇਰੇ ਗਾਇਨ ਵਿੱਚ ਭਾਸ਼ਾ ਦੇ ਅਭਾਸ਼ਾ ਵਿਚਕਾਰ ਲੇਖ ਕਹਿੰਦਾ ਹੈ ਸੰਸਾਰ ਹੈ ਨਾ ਜੋ ਸੰਗੀਤ ਦਾ ਸੰਸਾਰ ਬੁਨਿਆਦੀ ਤੌਰਾਂ ਦੇ ਭਾਵਾਂ ਦਾ ਸੰਸਾਰ ਹੈ ਸੂਚਨਾ ਦਾ ਸੰਸਾਰ ਨਹੀਂ ਹੈ ਬੇਸ਼ੱਕ ਢੋਲਾਂ ਦੀ ਆਵਾਜ਼ ਤੋਂ ਫਰੀਕਣ ਲੋਕ ਜ਼ਰੂਰ ਵੱਖ-ਵੱਖ ਸਨੇ ਦੇਣ ਦਾ ਕੰਮ ਕਰ ਲੈਂਦੇ ਹੁਣ ਪਰ ਕੰਮ ਢੋਲਾਂ ਦੇ ਤਦ ਤੱਕ ਹੀ ਕੀਤਾ ਜਾਂਦਾ ਜਦ ਤੱਕ ਸਨੇਹ ਭੇਜਣ ਦਾ ਕੋਈ ਬਿਹਤਰ ਤਰੀਕਾ ਨਹੀਂ ਸੀ ਪਰ ਤਾਲ ਦੇਣ ਦਾ ਆਪਣਾ ਅਸਲੀ ਕੰਮ ਢੋਲ ਸਦੀਆਂ ਸਦੀਆਂ ਤੱਕ ਕਰਦੇ ਰਹਿਣਗੇ ਸੁਰਾਂ ਦਾ ਹਰ ਸੰਜੋਗ ਸਰੀਲਾ ਨਹੀਂ ਹੁੰਦਾ ਸੁਰਾਂ ਦਾ ਕਿਹੜਾ ਸੰਜੋਗ ਸਰੀਲਾ ਹੋਵੇਗਾ ਤੇ ਕਿਹੜਾ ਬੇਸੁਰਾ ਇਹ ਬਹੁਤ ਵੱਡਾ ਰਹੱਸ ਹੈ ਕਹਿੰਦੇ ਸੰਗੀਤ ਸਾਰੀ ਮਾਨਵਤਾ ਦੀ ਏਕਤਾ ਦਾ ਇੱਕ ਬਹੁਤ ਵੱਡਾ ਪ੍ਰਮਾਣ ਹੈ ਕਿਉਂਕਿ ਸਾਰੇ ਵਿਸ਼ੇ ਵਿੱਚ ਉਹੀ ਸੁਰਾਂ ਹਨ ਇੱਕ ਦੂਏ ਤੋਂ ਅਣਪਛਿਤ ਪਲੇ ਸੱਭਿਆਚਾਰ ਵਿੱਚ ਸੰਗੀਤ ਦੇ ਸੁਰੀਲੇ ਸੰਜੋਗ ਇੱਕੋ ਜਿਹੇ ਹਨ ਬਿਜਲੀ ਚਲੀ ਗਈ ਸੀ ਜਿਵੇਂ ਜਾਣ ਬੁੱਝ ਕੇ ਦਰਖਤਾਂ ਤੇ ਗੱਲ ਲੱਗੀ ਹੋਈ ਸੀ ਗਹਿਰੀ ਹਾਵਲੀ ਸੰਦਿਆ ਜੋ ਲੇਖਕ ਨੇ ਕਾਫੀ ਇਹਦੇ ਵਿੱਚ ਗੱਲ ਕੀਤੀ ਹੈਗੀ ਐ ਮੈਂ ਕੁਝ ਕ ਲਾਈਨਾਂ ਤੁਹਾਡੇ ਨਾਲ ਉਹਨਾਂ ਨਾਲ ਦੀਆਂ ਸਾਂਝੀਆਂ ਕਰਦੀਆਂ ਉਹ ਆਈ ਤੇ ਮੇਰੇ ਕੋਲ ਖੜੀ ਹੋ ਗਈ ਨੰਗੇ ਪੈਰੀ ਹਨੇਰੇ ਵਿੱਚ ਉਸ ਦਾ ਚਿਹਰਾ ਜਿਵੇਂ ਚੰਦ ਹੋਵੇ ਡੋਗਲਦਾ ਨੀਲੇ ਪਾਣੀ ਵਿੱਚ ਸੁਰਾਂ ਜੋ ਦੇ ਰਹੀਆਂ ਹਨ ਸਾਨੂੰ ਦੋਹਾਂ ਨੂੰ ਪਿਆਰ ਸਾਨੂੰ ਦੋਹਾਂ ਨੂੰ ਕਰ ਰਹੀਆਂ ਹਨ ਸਾਡੇ ਕੋਲੋਂ ਸੁਰਾਂ ਸਾਨੂੰ ਦੋਹਾਂ ਨੂੰ ਅਸੀਸਾਂ ਦੇ ਰਹੀਆਂ ਹਨ ਸੁਰਾਂ ਕਹਿੰਦੇ ਮਜ਼ਾਕ ਨਾਲ ਕਿਹਾ ਜਾਂਦਾ ਹੈ ਕਿ ਗਾਇਕਾਂ ਵਿੱਚੋਂ ਸਿਰਫ ਕਵਾਲਾਂ ਦੀ ਆਵਾਜ਼ ਰੱਬ ਨੂੰ ਸੁਣਦੀ ਹੈ ਕਵਾਲ ਇੰਨੀ ਉੱਚੀ ਗਾਉਂਦੇ ਹਨ ਕਿ ਆਪਣੀ ਆਵਾਜ਼ ਨਾਲ ਤਾਰਿਆਂ ਨੂੰ ਝੂ ਲੈਂਦੇ ਹਨ ਅੰਮ੍ਰਿਤਸਰ ਵਿਰਾਸਤ ਮੇਲੇ ਦੀ ਗੱਲ ਹੈ ਕਵਾਲ ਗਾ ਚੁੱਕੇ ਸਨ ਮੰਚ ਸੰਚਾਲਕ ਨੇ ਕਿਹਾ ਹੁਣ ਜਗਜੀਤ ਸਿੰਘ ਆਉਣਗੇ ਮੈਂ ਸੋਚਿਆ ਹੁਣ ਜਗਜੀਤ ਸਿੰਘ ਕੀ ਕਰੇਗਾ ਕਵਾਲ ਤਾਂ ਤਾਰੇ ਝੂ ਚੁੱਕੇ ਹਨ ਜਗਜੀਤ ਸਿੰਘ ਆਇਆ ਉਸਨੇ ਧੀਮੀ ਸੁਰਾਂ ਵਿੱਚ ਆਲਾਪ ਲਿਆ ਮਣਾ ਦੇ ਪਾਣੀ ਔਨ ਨਿੱਤਰ ਗਏ ਜਿਵੇਂ ਤਾਰੇ ਜ਼ਮੀਨ ਤੇ ਉਤਰ ਰਹੇ ਹਨ ਆਈ ਹੋਣ ਤੇ ਮਣਾ ਦੇ ਪਾਣੀਆ ਵਿੱਚ ਤਾਂ ਇੱਥੇ ਲੇਖਕ ਸਾਨੂੰ ਇਸ ਪਾਠ ਰਾਹੀਂ ਸੰਗੀਤ ਦੀ ਅਹਿਮਤ ਕਿੱਥੇ ਵਸਦਾ ਹੈ ਬ੍ਰਹਿਮੰਡ ਵਿੱਚ ਵਸਦਾ ਹੈ ਇਨਸਾਨਾਂ ਵਿੱਚ ਵਸਦਾ ਹੈ ਤੇ ਉਸ ਨੂੰ ਸਮਝਣ ਲਈ ਸਾਡੇ ਅੰਦਰ ਜਿਹੜੇ ਅਨੁਭਵ ਨੇ ਉਹ ਕਿਸ ਤਰੀਕੇ ਨਾਲ ਸਾਨੂੰ ਉਸ ਸੰਗੀਤ ਨਾਲ ਜੋੜਦੇ ਆ ਸਾਡੀ ਆਤਮਾ ਨੂੰ ਜੋੜਦੇ ਆ ਤੇ ਇੱਕ ਸੰਗੀਤ ਦੀ ਜਿਹੜੀ आनंद ਹੁੰਦਾ ਜੋ ਅਸੀਂ ਮੰਨਦੇ ਆ ਉਹਦੇ ਬਾਰੇ ਲੇਖਕ ਨੇ ਸਾਡੇ ਨਾਲ ਇਸ ਪਾਠ ਦੇ ਵਿੱਚ ਗੱਲਾਂ ਸਾਂਝੀਆਂ ਕੀਤੀਆਂ ਜਿਦੇ ਵਿੱਚ ਉਹਨਾਂ ਨੇ ਦੱਸਿਆ ਕਿ ਸੰਗੀਤ ਤੇ ਤੇ ਉਹਦੇ ਸਾਜ਼ਾਂ ਦੇ ਨਾਲ ਸੁਰਾਂ ਦੇ ਨਾਲ ਬਹੁਤ ਚੀਜ਼ਾਂ ਜੁੜੀਆਂ ਹੋਈਆਂ ਹਨ ਚਾਹੇ ਉਹ ਸਾਡੇ ਭਗਤ ਹੋਣ ਸਾਡੀ ਗੁਰਬਾਣੀ ਹੋਵੇ ਤਾਂ ਸੰਗੀਤ ਸਾਡੇ ਲਈ ਇੱਕ ਉਹ ਸੋਮਾ ਹੈ ਜਿਦੇ ਵਿੱਚੋਂ ਅਸੀਂ ਗੱਦਗੱਦ ਹੋ ਕੇ ਉੱਠਦੇ ਹਾਂ ਜਿਸ ਨੂੰ ਮਾਨ ਕੇ ਸਾਡੀ ਰੂਹ ਜਿਹੜੀ ਪਵਿੱਤਰ ਹੋ ਜਾਂਦੀ ਹੈ ਧੰਨਵਾਦ